ਵਿੱਚ ਕੋਈ ਵੀ ਅਧਿਆਪਕ ਕਿਸੇ ਬੱਚੇ ਦੀ ਕੁੱਟਮਾਰ ਨਹੀਂ ਕਰ ਸਕਦਾ। ਪਰ ਤਾਜ਼ਾ ਮਾਮਲਾ ਮੋਗਾ ਦੇ ਡਰੋਲੀ ਭਾਈ ਸੀਨੀਅਰ ਸੈਕੰਡਰੀ ਸਕੂਲ ਦਾ ਆਇਆ, ਜਿਸ ਦੇ ਵਿੱਚ ਸਕੂਲ ਅਧਿਆਪਕ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ। ਸੋ ਬੱਚੇ ਦਾ ਨਾਮ ਸਹਿਜਦੀਪ ਸਿੰਘ ਹੈ, ਜਿਸ ਦੇ ਮਾਪਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ। ਪੁਲਿਸ ਪ੍ਰਸ਼ਾਸਨ ਅਤੇ ਮੋਗਾ ਦੇ DEO ਵਿਭਾਗ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਕਤ ਅਧਿਆਪਕ ਪਰਮਜੀਤ ਸਿੰਘ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸੋ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ। ਦੱਸਦੀ ਕਿ ਅਧਿਆਪਕ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। 9ਵੀਂ ਜਮਾਤ ਦਾ ਹੈ ਵਿਦਿਆਰਥੀ, ਜਿੱਥੇ ਕਿ ਅਧਿਆਪਕ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਮੋਗਾ ਦੇ ਸਕੂਲ ਦੇ ਵਿੱਚ ਵਿਦਿਆਰਥੀ ਦੇ ਨਾਲ ਕੁੱਟਮਾਰ ਹੋਈ। ਸੋ ਸਹਿਜਦੀਪ ਸਿੰਘ ਹੈ ਨਾਮ, ਉਹ ਸਕੂਲ ਦੀ ਕਬੱਡੀ ਟੀਮ ਦਾ ਕੈਪਟਨ ਵੀ ਹੈ। ਪਰ ਅਧਿਆਪਕ ਪਰਮਜੀਤ ਸਿੰਘ ਦੇ ਵੱਲੋਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ। ਡਿਪਟੀ DEO ਗੁਰਦਿਆਲ ਸਿੰਘ ਦੇ ਵੱਲੋਂ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ। ਸੋ ਮੋਗਾ ਦੇ ਸਕੂਲ 'ਚ ਇਹ ਵਿਦਿਆਰਥੀ ਨਾਲ ਕੁੱਟਮਾਰ ਹੋਈ ਹੈ। ਉਹ ਤਾਂ ਉਹ ਬੱਚੇ ਖੇਡਾਂ ਦੀਆਂ ਅਸੀਂ ਤਿਆਰੀਆਂ ਕਰਦੇ ਸੀ ਅਤੇ ਲਿਸਟਾਂ ਬਣਾਉਂਦੇ ਸੀਗੇ, ਅਤੇ ਇਹ ਬੱਚਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਆ, ਅਤੇ ਉਹ ਕਹਿੰਦਾ ਵੀ ਇਉਂ ਕਰੋ ਵੀ ਜਿਹੜਾ 6ਵੀਂ 7ਵੀਂ ਵਾਲਿਆਂ ਦੀਆਂ ਲਿਸਟਾਂ ਹੈ ਇਹ ਛੋਟੇ ਬੱਚੇ ਹਾਰ ਜਾਣਗੇ, ਅਤੇ ਅਸੀਂ 9ਵੀਂ ਵਾਲੇ ਸਾਡੀ ਵੱਡਿਆਂ ਦੀ ਬਣਾ ਲਓ ਲਿਸਟ, ਅਤੇ ਵੀ ਆਪਾਂ ਜਿਹੜੇ ਚੰਗੇ ਖਿਡਾਰੀ ਲੈ ਕੇ ਜਾਈਏ ਆਪਾਂ ਜਿੱਤ ਕੇ ਆਵਾਂਗੇ। ਅਤੇ ਉਹ ਫਿਰ ਕੀ ਹੋਇਆ, 3 ਲਿਸਟਾਂ ਸੀਗੀਆਂ, ਇੱਕ ਤਾਂ ਵੱਡਿਆਂ ਦੀ ਬਣਾਈ ਸੀ, ਇੱਕ ਛੋਟਿਆਂ ਦੀ, ਅਤੇ ਮੈਂ ਕਿਹਾ ਚਲੋ ਆਪਾਂ ਰਿਸੈਸ ਤੋਂ ਬਾਅਦ ਬਹਿ ਕੇ ਬਣਾ ਲੈਂਦੇ ਹਾਂ। ਉਹ ਸਾਰੇ ਬੱਚੇ ਇਕੱਠੇ ਕਰਕੇ ਅਸੀਂ ਕੀ ਕੀਤਾ, DPPT ਸਾਡੇ ਸਕੂਲ 'ਚ ਹੈ ਨਹੀਂ ਕੋਈ, ਅਤੇ ਉਹ ਫਿਰ ਚਲੋ ਬੱਚਿਆਂ ਦੀ ਪ੍ਰੇਮ ਹੁੰਦਾ ਵੀ ਚੱਲ ਬੱਚਿਆਂ ਨੂੰ ਖੇਡਾਂ ਦੇ ਵਿੱਚ ਅਸੀਂ ਵੀ ਮਦਦ ਕਰੀਏ, ਅਤੇ ਉਹ ਅਸੀਂ ਜਿਹੜੀਆਂ ਦੋਨੇ ਲਿਸਟਾਂ 'ਚੋਂ ਚੰਗੇ ਚੰਗੇ ਬੱਚੇ ਜਿਹੜੇ ਕੱਢ ਕੇ ਅਤੇ ਇੱਕ ਨਵੀਂ ਲਿਸਟ ਬਣਾ ਦਈ ਜਿਵੇਂ ਬੱਚੇ ਨੇ ਕਿਹਾ, ਅਤੇ ਉਹ ਜਦੋਂ ਬਣਾ ਤੀ ਅਤੇ ਕੁਦਰਤੀ ਇਹਦਾ ਭਰਾ ਜਿਹੜਾ 6ਵੀਂ ਕਲਾਸ 'ਚ ਪੜ੍ਹਦਾ ਸੀ ਬੱਚੇ ਦਾ, ਅਤੇ ਉਹ ਜਦੋਂ ਉਹ ਛੋਟਿਆਂ ਦੇ ਵਿੱਚ ਉਹ ਵੀ ਕੱਢਤਾ ਅਤੇ ਵੱਡੇ ਬੱਚਿਆਂ ਦੀ ਲਿਸਟ ਬਣਾ ਲਈ, ਉਹ ਫਿਰ ਉਹ ਤੋਂ ਨਾਰਾਜ਼ ਹੋ ਗਿਆ, ਥੋੜ੍ਹਾ ਬੋਲਣ ਲੱਗ ਗਿਆ ਵੀ ਮੈਂ ਨਹੀਂ ਜਾਣਾ ਖੇਡਣ, ਮੇਰੇ ਨਾਲ ਦੇ ਵੀ ਨਹੀਂ ਜਾਣਗੇ। ਅਤੇ ਮੈਂ ਕਿਹਾ ਪੁੱਤਰਾ 1 ਘੰਟਾ ਲਾਇਆ ਆਪਾਂ, ਅਤੇ ਵੀ ਹੁਣ ਇੰਨੀ ਮਿਹਨਤ ਕੀਤੀ ਹੈ, ਕੀ ਫਰਕ ਪੈਂਦਾ, ਤੇਰੀ ਮਰਜ਼ੀ ਜਾਈ ਨਾ ਜਾਈ, ਪਰ ਆਪਣੀ ਮਿਹਨਤ ਕੀਤੀ, ਕੋਈ ਨਹੀਂ ਆਪਾਂ ਲਿਸਟ ਨਹੀਂ ਪਾੜ ਦੇਗੇ ਅਤੇ ਆਪਾਂ ਚੱਲਦੇ, ਮੈਂ ਤੁਹਾਡੇ ਨਾਲ ਚੱਲਦਾ। ਬਸ ਇੰਨੀ ਗੱਲ ਹੋ ਕੇ ਬੋਲਣ ਲੱਗ ਗਿਆ, ਮੈਂ ਝਿੜਕਦਾ ਥੋੜ੍ਹਾ ਜਿਹਾ, ਡਾਂਟਤਾ ਵੀ ਨਹੀਂ, ਆਏ ਨਹੀਂ ਕਰੀਦਾ। ਉਹ ਤੋਂ ਬਾਅਦ ਦਫ਼ਤਰ ਚਲਾ ਗਿਆ, ਦਫ਼ਤਰ ਜਾ ਕੇ ਟੀਚਰ ਨੂੰ ਆਉਂਦਾ ਵੀ ਟੀਚਰ ਇਸ ਤਰ੍ਹਾਂ ਜਿਹੜਾ ਹੈਗਾ ਨਹੀਂ ਕਰ ਸਕਦੇ ਗੇ, ਵੀ ਮੈਂ ਆਪਦੀ ਮਰਜ਼ੀ ਦੇ ਖਿਡਾਰੀ ਜਿਵੇਂ ਬੱਚੇ ਦੇ ਹੁੰਦਾ ਮਨ 'ਚ ਮੇਰੀ ਮਰਜ਼ੀ ਦੇ ਜਾਣ, ਤਾਂ ਉਹਨੀ ਗੱਲ ਹੋਈ ਆ। ਉਸ ਤੋਂ ਬਾਅਦ ਕੋਈ ਜਿਹੜਾ ਹੈਗਾ ਮੈਨੂੰ ਨਹੀਂ ਪਤਾ ਇਸ਼ੂ ਕਿ ਗਾਂ ਦੀ ਗਾਂ ਗੱਲ ਵਧਾ ਲਈ ਜਾਂਦੀ ਹੈ। ਸਕੂਲ ਦੇ ਟੀਚਰ ਨੇ ਇਹਨਾਂ ਨਾਲ ਇਹ ਹਾਲਾਤ ਕੀਤੇ ਆ। ਸਰ, ਇਹ ਪੜ੍ਹਦਾ 9ਵੀਂ ਕਲਾਸ ਵਿੱਚ, ਸੀਨੀਅਰ ਸੈਕੰਡਰੀ ਸਕੂਲ ਬੋਆਇਜ਼ ਡਰੋਲੀ ਭਾਈ ਵਿੱਚ, ਅਤੇ ਸਰ ਇਹ ਇਹਨਾਂ ਨੇ ਅੱਜ ਖੇਡਣ ਜਾਣਾ ਸੀ ਇਕੱਲੀ ਮੈਚ, ਇਹ ਕਬੱਡੀ ਬਹੁਤ ਵਧੀਆ ਖੇਡਦਾ ਜੀ, ਅਤੇ ਸਰ ਇਹ ਜਾਣੀ ਕਿ ਵੀ ਇਹਨੇ ਆਪਦੇ ਛੋਟੇ ਭਰਾ ਦਾ ਵੀ ਨਾਂ ਪਾ ਲਿਆ, ਇਹਨਾਂ ਨੇ ਬਣਾਈ ਸੀ ਲਿਸਟ, ਇਹ ਕਪਤਾਨ ਹੈ ਟੀਮ ਦਾ, ਇਹਨੇ ਲਿਸਟ ਬਣਾਈ ਸੀ, ਇਹਨੇ ਆਪਦੇ ਛੋਟੇ ਭਰਾ ਦਾ ਵੀ ਨਾਂ ਪਾ ਲਿਆ, ਉਹ ਸਰ ਨੇ ਉਹਦਾ ਨਾਂ ਕੱਟਤਾ, ਕਹਿੰਦਾ ਵੀ ਇਹਨੂੰ ਨਹੀਂ ਖੜਾਉਣਾ ਗਾ, ਇਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੇਰਾ ਛੋਟਾ ਭਰਾ ਹੈ ਸਰ, ਤੁਸੀਂ ਖੜਾ ਲਓ, ਕਹਿੰਦਾ ਵੀ ਤੁਹਾਡੇ ਸਾਰੇ ਟੱਬਰ ਨੂੰ ਥੋੜ੍ਹੀ ਖੜਾ ਲੈਣਾ, ਠੀਕ ਹੈ, ਇਹ ਕਹਿੰਦਾ ਵੀ ਜੇ ਤੁਸੀਂ ਮੇਰੇ ਭਰਾ ਨੂੰ ਨਹੀਂ ਖੜਾਉਂਦੇ ਵੀ ਫਿਰ ਮੈਂ ਵੀ ਨਹੀਂ ਖੇਡਣਾ, ਵੀ ਮੈਂ ਸਿਰ ਦਾ ਮਰੀਜ਼ ਹੈ, ਵੀ ਮੇਰੇ ਤੋਂ ਨਹੀਂ ਖੇਡ ਹੋਣਾ, ਵੀ ਮੇਰੇ ਘਰ ਦੇ ਮਨਾ ਕਰਦੇ ਵੀ ਤੁਸੀਂ ਇਹਨੂੰ ਖੜਾ ਲਓ, ਅਤੇ ਸਰ ਇੰਨੇ 'ਚ ਉਹ ਕਹਿੰਦਾ ਵੀ ਤੇਰੀ ਨਹੀਂ ਚੱਲਣੀ, ਮੇਰੀ ਚੱਲਣੀ ਹੈ, ਅਤੇ ਇੰਨੇ 'ਚ ਇਹਨੂੰ ਕੁੱਟਣ ਲੱਗ ਗਿਆ, ਬਹੁਤ ਜ਼ਿਆਦਾ ਜਾਣੀ ਕਿ ਵੀ ਨੀਲ ਪਏ ਹੋਏ ਆ ਸਰ, ਬਹੁਤ ਜ਼ਿਆਦਾ ਕੁੱਟਿਆ। ਸਰ ਆ ਕੇ ਜਿਹੜੀ ਗੱਲ ਤੁਸੀਂ ਸਾਡੇ ਹੁਣ ਇੱਥੇ ਦਫ਼ਤਰ ਆ ਕੇ ਧਿਆਨ 'ਚ ਲਿਆ ਰਹੇ ਹੋ, ਅਤੇ ਅਸੀਂ ਉਹਦੀ ਇਨਫੋਰਮੇਸ਼ਨ ਸਾਰੀ, ਸਾਡੇ ਕੋਈ ਇਨਫੋਰਮੇਸ਼ਨ ਆਈ ਨਹੀਂ ਇਸ ਤਰ੍ਹਾਂ ਦੀ, ਅਤੇ ਅਸੀਂ ਉਹਨਾਂ ਕੋਲ ਸਾਰੀ ਰਿਪੋਰਟ ਲੈਂਦੇ ਹਾਂ ਸਕੂਲ ਕੋਲੋਂ, ਸਕੂਲ ਮੁਖੀ ਕੋਲੋਂ, ਅਤੇ ਉਹਨਾਂ ਦੇ DDO ਕੋਲੋਂ ਵੀ ਕੀ ਗੱਲ ਹੋਈ ਹੈ, ਜੇ ਇਹੋ ਜਿਹੀ ਘਟਨਾ ਕੀ ਵਾਪਰੀ ਹੈ, ਦਫ਼ਤਰ 'ਚ ਅਜੇ ਸਾਡੇ ਕੋਲ ਧਿਆਨ 'ਚ ਗਿਆ, ਤੁਹਾਡੇ ਰਾਹੀਂ ਆ ਰਹੀ ਹੈ ਸਾਡੇ ਕੋਲ। ਮਾਮਲਾ ਸਾਰੇ ਦੀ ਪੜਤਾਲ ਜਾਰੀ ਹੈ ਜੀ, ਅਤੇ ਮੈਂ ਇਹਦੇ ਆਇਆ ਸਾਹਿਬਦੀਪ ਦਾ ਪਤਾ ਲੈਣਾ, ਇਹਦੀ ਮੈਡੀਕਲ ਰਿਪੋਰਟ ਅਜੇ ਲੈ ਕੇ, ਕੈਸੀ ਕਾਰਵਾਈ ਉਹ ਜੀ ਕਰਦੇ ਹਾਂ ਕਾਰਵਾਈ। ਸਕੂਲ ਦੇ ਵਿੱਚ ਇਹਦੀ ਮਾਤਾ ਅਤੇ ਦੱਸਣ ਮੁਤਾਬਕ ਰਮਨਦੀਪ ਕੌਰ ਦੇ, ਜਿਹੜਾ ਮੇਰਾ ਬੇਟਾ 9ਵੀਂ ਕਲਾਸ 'ਚ ਪੜ੍ਹਦਾ ਹੈ, ਅਤੇ ਉਹਦੀ ਕੁੱਟਮਾਰ ਕੀਤੀ ਹੈ ਟੀਚਰਾਂ ਨੇ, ਇਹ ਜੇ ਪੜਤਾਲ ਜਾਰੀ ਹੈ ਜੀ, ਕਲੀਅਰ ਨਹੀਂ ਹੋਇਆ ਵੀ ਕੀ ਮਾਮਲਾ।